بسم اللہ الرحمن الرحیم السلام علیکم میں زہرہ بیگم خان ਤੁਹਾਡੀ خدمت حاضر ہاں ਸਾਡੇ معاشਰੇ ਚ والدین ਦਾ بڑا مقام ਹੈ والدین ਆਪਣੀ اولاد ਦੀ ਪਰਵਰਿਸ਼ ਵਾਸਤੇ ਬਹੁਤ ਕੁਝ ਕਰਦੇ ਨੇ ਕਿ ਅਸੀਂ ਇਹਨਾਂ ਦੀ ਅੱਛੇ ਤਰੀਕੇ ਦੇ ਨਾਲ ਪਰਵਰਿਸ਼ ਕਰ ਸਕੀਏ ਇਨਾਂ ਦੀ تعلیم ਉਤਰੀਅਤ ਦਾ ਖਿਆਲ ਰੱਖੀ ਉਹ ਮਿਹਨਤ ਦੇ ਨਾਲ ਆਪਣੇ ਬੱਚਿਆਂ ਦੀ ਪਰਵਿਸ਼ ਕਰਦੇ ਨੇ ਲੇਕਿਨ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਲਦਾਂ ਦੀ ਖਾਸ਼ੀਅਤ ਨੂੰ ਮੱਦੇ ਨਜ਼ਰ ਰੱਖਦੇ ਹਨ ਉਹ ਵੀ ਮਿਹਨਤ ਕਰਨ ਮਿਹਨਤ ਦੇ ਨਾਲ ਪੜਨ ਤੇ ਜੇ ਉਹ ਵਲਦਾਂ ਨੂੰ ਉਹਨਾਂ ਨੂੰ ਵੇਖਣਾ ਚਾਹੁੰਦੇ ਜੇ ਇਸ ਮਕਾਮ ਤੇ ਵੇਖਣਾ ਚਾਹੁੰਦੇ ਨੇ ਉਸ ਮਕਾਮ ਤੇ ਪਹੁੰਚਣ ਸਾਡੇ ਮੁਆਸ਼ਰਤ ਵਿੱਚ ਇਹ ਵੇਖੇ ਵਾਲਦਾਂ ਜਿਹੜੇ ਨੇ ਉਹ ਆਪਣੀ ਔਲਾਦ ਨੂੰ ੱੱਕੇ ਨਾਲ ਵੀ ਪੜਾਉਣਾ ਚਾਹੁੰਦੇ ਨੇ ਅਲਾ ਬੱਚਿਆਂ ਦੀ ਖਾਸ਼ ਨਹੀਂ ਹੁੰਦੀ ਲੇਕਿਨ ਇਹ ਵੇ ਕਿਉਂ ਕਹਿੰਦੇ ਨਹੀਂ ਤੂੰ ਪੜ ਤੂੰ ਪੜਨਾ ਹੈ ਆਖਰ ਫਿਰ ਨਾ ਬੱਚਾ ਪੜ ਸਕਦਾ ਉਹ ਫਿਰ ਉਹ ਵੀ ਤੰਗ ਆ ਜਾਂਦੇ ਨੇ ਅਖੀਰ ਉਹ ਵਕਤ ਆਇਆ ਹੋ ਜਾਂਦਾ ਹੈ ਤੇ ਉਹ ਫਿਰ بجائے ਕਿਤੇ ਅਫਸਰ ਲਗਨ ਦੇ ਉਹ ਫਿਰ ਮਜ਼ਦੂਰ ਬਣ ਜਾਂਦਾ ਹੈ ਤੇ ਬਾਅਦ ਬੱਚੇ ਅਸੀਂ ਹੁੰਦੇ ਨੇ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਨੇ والدینਾਂ ਦੇ ਨੇ ਕਿ ਸਾਡਾ ਬੱਚਾ ਪੜ੍ਹੇ ਲੇਕਿਨ ਉਹ ਕਿਸੇ ਨਾ ਕਿਸੇ ਬਹਾਨੇ ਦੀ ਤਲਾਸ਼ ਚ ਹੁੰਦੇ ਨੇ ਮਰਸ਼ਨ فرض ਕਰੋ ਮਾਲੇ ਦੇ ਵਿੱਚ ਕਿਸੇ ਦੀ ਸ਼ਾਦੀ ਹੈ ਤੇ ਉਹ ਕਹਿਣਗੇ ਜੀ ਲੋ ਜੀ ਸਾਡੇ ਉੱਤੇ ਸ਼ਾਦੀ ਹੈ ਜੀ ਇਸ ਕਰਕੇ ਛੁੱਟੀ ਕਰ ਲਈ। ਕੋ ਮਾਲਜ ਫੌਤ ਹੋ ਜਾਏ ਉਹਨਾਂ ਨੇ ਛੁੱਟੀ ਕਰ ਲੈਣੀ ਜੀ ਸਾਡੀ ਫੌਤਗੀ ਹੋ ਗਈ। ਕੋ ਮਾਲਜ ਬਿਮਾਰ ਹੋ ਗਿਆ ਤਾਂ ਉਹਨਾਂ ਨੇ ਕਹਿਣਾ ਜੀ ਸਾਡੇ ਬਿਮਾਰ ਹੋ ਗਿਆ ਜੀ। ਪਰ ਛੁੱਟੀ ਕਰ ਲੈਣੀ। ਯਾਨੀ ਉਹ ਕੋਈ ਕੋਈ ਬਹਾਨਾ ਤਲਾਸ਼ ਕਰਦੇ ਰਹਿੰਦੇ ਨੇ ਕਿ ਅਸੀਂ ਸਕੂਲ ਨਾ ਜਾਈਏ। ਤੇ ਵਾਪਦਾ ਜਿਹੜੇ ਨੇ ਉਹ ਕਹਿੰਦੇ ਨੇ ਕਿ ਕਿਸ ਤਰੀਕੇ ਸਾਡਾ ਬੱਚਾ ਪੜ ਜਾਏ। ਜਦੋਂ ਉਹਨੇ ਰੁਟੀਨ ਨਾਲ ਸਕੂਲ ਹੀ ਨਹੀਂ ਜਾਣਾ ਤੇ ਉਹ ਕੀ ਪੜ ਸਕੇਗਾ? ਉਹ ਵਾਲਦਾਂ ਦੇ ਪੈਸਿਆਂ ਨਾਲ ਜ਼ਿਆਦਾ ਤੇ ਆਪਣੀ ਜ਼ਿੰਦਗੀ ਦਾ ਵੀ ਉਹ ਜ਼ਿਆਾ ਕਰ ਰਿਹਾ ਹੁੰਦਾ ਹੈ ਸਾਡੇ ਨਾਲ ਵੀ ਇੱਕ ਇਸੇ ਤਰ੍ਹਾਂ ਦਾ ਲੜਕਾ ਪੜਦਾ ਸੀ ਤੇ ਉਹ ਕੋਈ ਨਾ ਕੋਈ ਬਹਾਨਾ ਜਿਹੜਾ ਹੈ ਨਾ ਉਹ ਲਾ ਕੇ ਹੀ ਰਹਿੰਦਾ ਸੀ ਮਸਨ ਫਰਜ਼ ਕਰੋ ਜੀ ਸਾਡੇ ਉਹ ਮਹਾਲੇ ਜੀ ਦੀ ਸ਼ਾਦੀ ਹੈ ਤੇ ਸ਼ਾਦੀ ਹੈ ਜੇ ਕੋ ਫੌਤ ਗਈ ਤੇ ਬਹੁਤਗੀ ਦਾ ਉਹਨੇ ਕਹਣਾ ਮੇਰੀ ਹੋ ਗਈ ਜੇ ਕਿਤੇ ਕੋ ਬਿਮਾਰ ਹੋ ਗਿਆ ਤੇ ਉਹਨੇ ਕਹਣਾ ਸਾਡਾ ਬਿਮਾਰ ਹੋ ਗਿਆ ਜਾਂ ਉਹਨੇ ਆਪ ਹੀ ਬਿਮਾਰ ਹੋ ਜਾਣਾ ਤੇ ਇਸੇ ਤਰ੍ਹਾਂ ਇੱਕ ਦਿਨ ਉਹ ਕੁਝ ਸੱਤਾਂ ਕੁ ਦੇਣਾ ਬਾਅਦ ਸਕੂਲ ਆਇਆ ਤੇ ਹਾਥੇ ਚੋਨੇ ਖਾਂਸੀ ਦੇ সিরাপ ਦੀ ਬੋਤਲ ਫੜੀ ਆ ਕੇ ਬਹਿ ਗਿਆ ਕਲਾਸ ਤੇ ਟੀਚਰ ਆਇਆ ਤੇ ਟੀਚਰ ਜਿਹੜਾ ਨਾ ਉਸਨੇ ਹਾਜ਼ਰੀ ਲਾਈ ਟੀਚਰ ਜਿਹੜਾ ਨਾ ਉਹ ਬਾਈ ਨੇਮ ਹਾਜ਼ਰੀ ਲਾਉਂਦਾ ਸੀ ਹਰ ਲੜਕੇ ਦਾ ਨਾਮ ਬੋਲਦਾ ਸੀ ਉਹਦਾ ਨਾਂ ਨਾਂ ਬੋਲਿਆ ਤੇ ਉੱਠ ਕੇ ਖੜਾ ਹੋਇਆ ਸਰ ਜੀ ਮੇਰਾ ਨਾਂ ਨਹੀਂ ਤੁਸੀਂ ਬੋਲਿਆ ਤੇ ਉਹਨਾਂ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਇੱਧਰ ਆ ਜਾ ਉਹ ਕਹਿਣ ਲੱਗੇ ਕੀ ਨਾਂ ਹੈ ਤੇਰਾ ਇਹ ਮੇਰਾ ਨਾਂ ਜੀ ਅਕਬਰ ਅਲੀ ਅੱਛਾ ਤੇ ਕੀ ਗੱਲ ਹੈ ਉਹਨਾਂ ਕਿਹਾ ਜੀ ਮੈਂ ਬਿਮਾਰ ਹਾਂ ਇਹ ਦਵਾਈ ਦੇ ਵੇਖੋ ਮੇਰੇ ਕੋਲ ਹੈ ਤੇ ਮੈਂ ਉਹ ਪਿਛਲੇ ਦਿਨਾਂ ਚਾਹ ਨਹੀਂ ਸਕਿਆ ਤੇ ਮੇਰਾ ਨਾਂ ਨਹੀਂ ਬੋਲਿਆ ਉਹਨਾਂ ਕਹਿਆ ਇਹ 13 ਤਰੀਕ ਨੂੰ ਤੂੰ ਨਹੀਂ ਆਇਆ 14 ਨੂੰ ਨਹੀਂ ਆਇਆ 15 ਨੂੰ ਤੂੰ ਨਹੀਂ ਆਇਆ 16 ਨੂੰ ਤੂੰ ਨਹੀਂ ਆਇਆ 17 ਨੂੰ ਤੂੰ ਨਹੀਂ ਆਇਆ 18 ਨੂੰ 19 ਨੂੰ 20 ਨੂੰ ਤੂੰ ਆਏ ਨਹੀਂ ਉਹਨਾਂ ਕਹਿਆ ਸਰ ਮੈਂ ਤੁਹਾਨੂੰ ਦੱਸਿਆ ਮੈਂ ਬਿਮਾਰ ਸਾਂ ਮੈਂ ਇਹ ਦਵਾਈ ਲਈ ਤੇ ਦਵਾਈ ਖਾਂਦਾ ਰਿਆਂ ਉਹਨਾਂ ਨੇ ਕਹਿਆ ਵੀ ਕੋਈ 13 ਨੂੰ ਵੀ ਤੂੰ ਬਿਮਾਰ ਸਾਂ 14 ਨੂੰ ਵੀ ਬਿਮਾਰ ਸਾਂ 15 ਨੂੰ ਬਿਮਾਰ ਸਾਂ 16 ਨੂੰ ਬਿਮਾਰ ਸਾਂ 17 ਨੂੰ ਵੀ ਤੂੰ ਬਿਮਾਰ 18 ਨੂੰ 19 ਤਰੀਕ ਨੂੰ ਉਹ ਨੂੰ ਮਾਰਿਆ ਤੇ ਜਿਸ ਦਿਨ ਉਹਦਾ ਨਾਮ ਉਹਨਾਂ ਨੇ ਹਾਰਜ ਕੀਤਾ ਨਾ ਉਹਨਾਂ ਨੇ ਕਿਹਾ ਇੱਥੇ ਤੂੰ ਮਰ ਗਿਆ ਇੱਥੇ ਤੇਰਾ ਨਾਮ ਹਾਰਜ ਹੋ ਗਿਆ ਤੇ ਹੁਣ ਤੂੰ ਜਿਹੜਾ ਹੈ ਉਹ ਸਾਡੇ ਕਾਗਜ਼ਾਂ 'ਤੇ ਤੂੰ ਮਰ ਚੁੱਕਿਆ ਤੇ ਤੂੰ ਹੁਣ ਛੁੱਟੀ ਕਰ ਉਹ ਚਲਾ ਗਿਆ ਤੇ ਉਹ ਵਾਲਦਾਨ ਨੇ ਫਿਰ ਉਹਨੂੰ ਸਕੂਲ ਨਹੀਂ ਭੇਜਿਆ ਉਹਨੂੰ ਕਿਸੇ ਕੰਮ ਤੇ ਪਾਤਾ ਲੈਕਿਨ ਉਹ ਇਹ ਕੰਮ ਜਿਹੜਾ ਹੈ ਉਹਨਾਂ ਨੂੰ ਵਾਲਦਿਆਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਹੁਣ ਉਮਰ ਦੇ ਇੱਕ ਐਸੇ ਹਿੱਸੇ ਸੀ ਨਾ ਉਹ ਕੰਮ ਸਿੱਖ ਸਕਦਾ ਸੀ ਨਾ ਉਹ ਪਾੜੀ ਸਕਦਾ ਸੀ ਤੇ ਵਾਲਦਾਂ ਨੂੰ ਇਹ ਚਾਹੀਦਾ ਹੈ ਕਿ ਬੱਚੇ ਦਾ ਗਾਇਬ ਗਾਇ ਪਤਾ ਲੈਂਦੇ ਰਹਿਣ ਉਸਤਾਦਾਂ ਦੇ ਨਾਲ ਜਿਹੜਾ ਹੈ ਸਲਾਮ ਮਸ਼ਵਰਾ ਕਰਨ ਕਿ ਆਇਆ ਬੱਚੇ ਦੀ ਕੀ ਪੁਜੀਸ਼ਨ ਹੈ ਅਗਰ ਤੇ ਬੱਚਾ ਪੜਦਾ ਹੈ ਤੇ ਫਿਰ ਉਹਨੂੰ ਪੜਾਉਣਾ ਚਾਹੀਦਾ ਹੈ ਅਗਰ ਉਹ ਕਹਿਣ ਵੀ ਤੁਹਾਡਾ ਬੱਚਾ ਕਮਜ਼ੋਰ ਹੈ ਇਹਨੂੰ ਤੁਸੀਂ ਪੜਾਈ 'ਚ ਨਹੀਂ ਕਾਮਯਾਬ ਇਹਨੂੰ ਕਿਸੇ ਕੰਮ ਤੇ ਪਾ ਦਿਓ ਉਹ ਫਿਰ ਉਹਦਾ ਵਕਤ ਜ਼ਾਇਆ ਨਹੀਂ ਹੁੰਦਾ ਉਹ ਪੜ ਲੈਂਦਾ ਤੇ ਠੀਕ ਹੈ ਅਗਰ ਉਹ ਨਹੀਂ ਪੜ ਸਕਦਾ ਤਾਂ ਉਹਨੂੰ ਕਿਸੇ ਕੰਮ ਤੇ ਪਾਣਾ ਚਾਹੀਦਾ ਤਾਂ ਕਿ ਉਹ ਦੂਸਰੇ ਸਾਈਡ ਤੇ ਜਿੱਧਰ ਉਹ ਚੱਲ ਸਕਦਾ ਹੈ ਉਹ ਚੱਲ ਕੇ ਉਹ ਕੰਮ ਸਿੱਖ ਕੇ ਤੇ ਆਪਣਾ ਜ਼ਿੰਦਗੀ ਜਿਹੜਾ ਹੈ ਉਹ ਸਹੀ ਤਰ੍ਹਾਂ گزارੇ ਜਦੋਂ تعلیم ਦਾ ਹੀ ਵਕਤ ਲੰਘ ਜਾਂਦਾ ਹੈ ਕੰਮ ਸਿੱਖਣ ਦਾ ਹੀ ਵਕਤ ਲੰਘ ਜਾਂਦਾ ਹੈ ਤੇ ਉਹ ਫਿਰ ਸਾਰੀ ਉਮਰ ਵਿਚਾਰਾ ਜ਼ਿੰਦਗੀ 'ਚ ਫਿਰ ਧੱਕੇ ਖਾਂਦਾ ਰਹਿੰਦਾ ਹੈ ਮਜ਼ਦੂਰੀ ਕਰਦਾ ਤੇ ਫਿਰ ਉਹ ਉਲਝਣ ਚ ਫਸਿਆ ਰਹਿਦਾ ਤੇ ਮੈਂ ਇਹ ਕਹਾਂਗਾ ਕਿ والدین ਨੂੰ ਚਾਹੀਦਾ ਹੈ ਕਿ ਉਹ ਸਕੂਲ ਜਾਣ ਵਕਤਨ ਫੋਕਤਨ ਬੱਚੇ ਦਾ ਪਤਾ ਲੈਂਦੇ ਰਹਿਣ ਅਗਰ ਤੇ ਉਹ ਠੀਕ ਹੈ ਤੇ ਉਹਨੂੰ ਪੜਾਣ ਅਗਰ ਨਹੀਂ ਤੇ ਉਹਨੂੰ ਉਥੋਂ ਸਕੂਲ ਤੋਂ ਛਡਾ ਕੇ ਤੇ ਕਿਸੇ ਕੰਮ ਤੇ ਪਾਣ ਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਕੋ ਇਜਾਜ਼ਤ ਚਾਹਾਂਗਾ ਅਗਰ ਤੁਹਾਨੂੰ ਇਹ ਕਾਵਸ਼ ਅਛੀ ਲੱਗੀ सब्सक्राइब करो लाइ करो त शेयर करो अला हाफ़